ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਫਤਿਹ ਐਡੂਕਮ ਚੈਨਲ ਤੇ ਤੁਹਾਡਾ ਸਵਾਗਤ ਹੈ ਸੋ ਨੈਕਸਟ ਟਾਪਿਕ ਜਿਹੜਾ ਆ ਪਟਵਾਰੀ ਐਗਜ਼ਾਮ ਲਈ ਉਹ ਐਗਰੀਕਲਚਰ ਦਾ ਹੋਇਗਾ ਇਰੀਗੇਸ਼ਨ ਸਿਸਟਮਸ ਇਹ ਵੀ ਤੁਹਾਡੇ ਸਿਲੇਬਸ ਚੋਂ ਆ ਨਾਲੇ ਤੁਸੀਂ ਇੱਕ ਵਾਰੀ ਪਲੇਲਿਸਟ ਜਿਹੜੀ ਹੈ ਚੈੱਕ ਕਰ ਲਿਓ ਜਿਹੜੇ ਟਾਪਿਕਸ ਕਿਉਂਕਿ ਕੁਝ ਲੈਕਚਰ ਜਿਹੜੇ ਪਹਿਲੇ 4-5 ਲੈਕਚਰ ਸੀਗੇ ਉਹ ਮੈਂ ਪਹਿਲਾਂ ਬਣਾਏ ਹੋਏ ਨੇ ਸੋ ਸਿਲੇਬਸ ਚ ਜਿਹੜੇ ਤੁਹਾਡੇ ਟਾਪਿਕਸ ਨੇ ਉਹੀ ਤੁਸੀਂ ਕਵਰ ਕਰਨੇ ਆ ਬਾਕੀ ਤੁਸੀਂ ਟਾਪਿਕ ਕਵਰ ਨਹੀਂ ਕਰਨੇ ਠੀਕ ਹੈ ਬਟ ਰੀਸੈਂਟ ਵਾਲੀਆਂ ਜਿਹੜੀਆਂ ਵੀਡੀਓਜ਼ ਨੇ ਉਹਨਾਂ ਨੂੰ ਅੱਛੀ ਤਰ੍ਹਾਂ ਕਰ ਜਾਣਾ ਸਾਰਿਆਂ ਨੂੰ ਸੋ ਇਰੀਗੇਸ਼ਨ ਸਿਸਟਮ ਸਟਾਰਟ ਕਰਦੇ ਹਾਂ ਦੇ ਵਿੱਚ ਆਪਾਂ ਦੇਖਾਂਗੇ ਕਿ ਸਿਸਟਮਸ ਕਿੰਨੇ ਤਰ੍ਹਾਂ ਦੇ ਹੁੰਦੇ ਨੇ ਇਰੀਗੇਸ਼ਨ ਸਿਸਟਮ ਪਲੱਸ ਆਪਾਂ ਵਾਟਰ ਨੂੰ ਕਿਸ ਤਰ੍ਹਾਂ ਕਨਜ਼ਰਵ ਕਰ ਸਕਦੇ ਹਾਂ ਸੋ ਪੰਜਾਬ ਦੇ ਵਿੱਚ ਅਗਰ ਆਪਾਂ ਦੇਖਿਆ ਜਾਏਗੇ ਤੇ ਕਿਸ ਤਰ੍ਹਾਂ ਦੇ ਸਿੰਚਾਈ ਦੇ ਜਿਹੜੇ ਪ੍ਰਬੰਧਨ ਨੇ ਉਹ ਹੈਗੇ ਨੇ ਸਭ ਤੋਂ ਪਹਿਲਾ ਜਿਹੜਾ ਆ ਉਹ ਹੈਗਾ ਫਲੱਡ ਇਰੀਗੇਸ਼ਨ ਇਨ ਦਾ ਫੀਲ ਥਰੂ ਬਾਰਡਰਸ অর ਬੇਸਿਨਸ ਇਹਦੇ ਵਿੱਚ ਹੁੰਦਾ ਹੈ ਕਿ ਖੇਤਾਂ ਨੂੰ ਖੁੱਲਾ ਪਾਣੀ ਲਾ ਦੇਣਾ ਮਤਲਬ ਇੱਕ ਇੱਕ ਆਊਟਲੈਟ ਹੁੰਦੀ ਹੈ ਜਿਹਦੇ ਥਰੂ ਮਤਲਬ ਸਾਰੇ ਖੇਤਾਂ ਨੂੰ ਪਾਣੀ ਜਾਂਦਾ ਜਿਹਨੂੰ ਬੰਬੀ ਕਹਿ ਦਿੰਨੇ ਆਪਾਂ ਠੀਕ ਹੈ ਦੈਨ ਉਸ ਤੋਂ ਬਾਅਦ ਸੈਕ ਡ੍ਰਿਪ ਇਰੀਗੇਸ਼ਨ ਤੁਪਕਿਆਂ ਦੇ ਨਾਲ ਪਾਣੀ ਜਾਂਦਾ ਹੈ ਹੌਲੀ ਹੌਲੀ ਇਹਦੇ ਵਿੱਚ ਬਹੁਤ ਜ਼ਿਆਦਾ ਪਾਣੀ ਸੇਵ ਹੁੰਦਾ ਹੈ ਦੈਨ ਉਸ ਤੋਂ ਬਾਅਦ ਸਪ੍ਰਿੰਕਲਰ ਇਰੀਗੇਸ਼ਨ ਮਤਲਬ ਜਿੱਦਾਂ ਛਿੜਕਾ ਆਪਾਂ ਕਹਿ ਦਿੰਦੇ ਆ ਇਹਨੂੰ ਫੁਹਾਰਾ ਸਿੰਚਾਈ ਵੀ ਕਹਿੰਦੇ ਆ ਦੈਨ ਉਸ ਤੋਂ ਬਾਅਦ ਹੈਗਾ ਫਰੋ ਇਰੀਗੇਸ਼ਨ ਫਰੋ ਇਰੀਗੇਸ਼ਨ ਦੇ ਵਿੱਚ ਕੀ ਹੁੰਦਾ ਹੈ ਕਿ ਵਟਾਂ ਜਾਂ ਖਾਲਾਂ ਬਣਾ ਕੇ ਸਿੰਚਾਈ ਕੀਤੀ ਜਾਂਦੀ ਹੈ ਦੈਨ ਉਸ ਤੋਂ ਬਾਅਦ ਹੈਗਾ ਇਰੀਗੇਸ਼ਨ ਥਰੂ ਬੈਡ ਪਲਾਂਟਿੰਗ ਬੈਡ ਪਲਾਂਟਿੰਗ ਮਤਲਬ ਬੈਡ ਜੇ ਬਣਾ ਕੇ ਪਲੇਨ ਜਿਵੇਂ ਬਣਾ ਕੇ ਉੱਚੇ ਹੁੰਦੇ ਨੇ ਬੈਡ ਜਿੱਦਾਂ ਵਿੱਚ ਫਰੋਜ਼ ਬਣਾ ਕੇ ਉੱਪਰ ਬੈਡ ਥੋੜੇ ਜਿਹੀ ਉਚਾਈ ਤੇ ਹੁੰਦੇ ਔਰ ਉਹਦੇ ਉੱਤੇ ਪਲਾਂਟੇਸ਼ਨ ਜਿਹੜੀ ਹੈ ਕੀਤੀ ਜਾਂਦੀ ਹੈ ਪੰਜਾਬ ਚ ਤੁਹਾਨੂੰ ਪਤਾ ਜਿਆਦਾਤਰ ਫਲੱਡ ਇਰੀਗੇਸ਼ਨ ਨੂੰ ਆਪਾਂ ਖੇਤਾਂ ਨੂੰ ਜਿਹੜਾ ਖੁੱਲਾ ਪਾਣੀ ਹੈ ਬੰਬੀ ਦੇ ਥਰੂ ਉਹੀ ਦਿੱਤਾ ਜਾਂਦਾ ਹੈ ਠੀਕ ਹੈ ਸੋ ਇਹਦੇ ਨਾਲ ਅੰਡਰਗਰਾਉਂਡ ਵਾਟਰ ਦੀ ਵੀ ਇਸ ਵੇਲੇ ਬਹੁਤ ਜ਼ਿਆਦਾ ਪ੍ਰੋਬਲਮ ਹੈ ਕਣਕ ਝੋਨਾ ਤੁਹਾਨੂੰ ਪਤਾ ਜਿਆਦਾਤਰ ਲਗਾਇਆ ਜਾਂਦਾ ਹੈ ਝੋਨੇ ਨੂੰ ਕਿੰਨਾ ਜ਼ਿਆਦਾ ਪਾਣੀ ਜਿਹੜਾ ਚਾਹੀਦਾ ਹੁੰਦਾ ਹੈ ਨੈਕਸਟ ਡ੍ਰਿਪ ਇਰੀਗੇਸ਼ਨ ਡ੍ਰਿਪ ਇਰੀਗੇਸ਼ਨ ਜਿਹੜਾ ਆ ਇਹ ਮਾਡਰਨ ਮੈਥਡ ਹੈ ਔਰ ਇਹ ਜ਼ਿਆਦਾਤਰ ਉੱਥੇ ਵਰਤਿਆ ਜਾਂਦਾ ਜਿਹਨੂੰ ਆਪਾਂ ਤੁਪਕਾ ਕਹਿ ਦਿੰਨੇ ਆ ਜ਼ਿਆਦਾਤਰ ਇਹ ਉੱਥੇ ਵਰਤਿਆ ਜਾਂਦਾ ਜਿੱਥੇ ਪਾਣੀ ਦੀ ਜਾਂ ਤਾਂ ਘਾਟ ਆ ਜਾਂ ਪਾਣੀ ਦੀ ਕੁਆਲਿਟੀ ਅੱਛੀ ਨਹੀਂ ਹੈਗੀ ਠੀਕ ਹੈ ਤੇ ਡ੍ਰਿਪ ਤੁਸੀਂ ਆਪੇ ਦੇਖ ਲਓ ਕਿ ਜਿਵੇਂ ਮਰੀਜ਼ਾਂ ਨੂੰ ਗਲੂਕੋਜ਼ ਵਗੈਰਾ ਲੱਗਦਾ ਤੇ ਡ੍ਰਿਪ ਚ ਲੱਗਦਾ ਠੀਕ ਹੈ ਤੇ ਉਸੇ ਤਰ੍ਹਾਂ ਤੁਪਕੇ ਦੇ ਅੱਗੇ ਨੋਜ਼ਲ ਲੱਗੀ ਹੁੰਦੀ ਹੈ ਤੇ ਤੁਪਕੇ ਨਾਲ ਮਤਲਬ ਅੰਦਰ ਜਿਹੜਾ ਗਲੂਕੋਜ਼ ਵਗੈਰਾ ਜਾਂਦਾ ਹੈ ਮਰੀਜ਼ ਦੇ ਵਿੱਚ ਹਨਾ ਸੋ ਇਸੇ ਤਰ੍ਹਾਂ ਹੀ ਪਲਾਂਟਸ ਦਾ ਪਲਾਂਟਸ ਦੇ ਜਿਹੜਾ ਯਰ ਟੁਪਕਿਆਂ ਦੇ ਵਿੱਚ ਪਾਣੀ ਜਿਹੜਾ ਜਾਂਦਾ ਹੈ ਔਰ ਜ਼ਿਆਦਾਤਰ ਇਹ ਜਿਹੜਾ ਡ੍ਰਿਪ ਇਰੀਗੇਸ਼ਨ ਅਸੀਂ ਯੂਜ਼ ਕਰਦੇ ਹਾਂ ਫਲਾਂ ਵਾਸਤੇ ਤੇ ਸਬਜ਼ੀਆਂ ਵਾਸਤੇ ਜਿਵੇਂ ਆਮ ਬਨਾ ਨਿੰਬੂ ਕਿਨੂ ਬਪੀਤਾ ਟਮਾਟਰ ਗੋਭੀ ਤਰਬੂਜ਼ ਮਤਲਬ ਉਹ ਸਾਰੀਆਂ ਇਹਦੇ ਵਿੱਚ ਐਗਜ਼ਾਮਪਲਸ ਦਿੱਤੀਆਂ ਹੋਈਆਂ ਨੇ ਠੀਕ ਹੈ ਨੈਕਸਟ ਜਿਹੜਾ ਹੈਗਾ ਸਪ੍ਰਿੰਕਲਰ ਸਪ੍ਰਿੰਕਲਰ ਮਤਲਬ ਇੱਕ ਤਰ੍ਹਾਂ ਦਾ ਛਿੜਕਾਅ ਕਰਨਾ ਇਹ ਬਿਲਕੁਲ ਜਿਵੇਂ ਆਪਣਾ ਰੇਨਫਾਲ ਹੁੰਦੀ ਆ ਠੀਕ ਹੈ ਉਸੇ ਤਰ੍ਹਾਂ ਹੀ ਹੁੰਦਾ ਆ ਔਰ ਇਹਦੇ ਵਿੱਚ ਇਹ ਜ਼ਿਆਦਾ ਐਫੀਸ਼ੀਐਂਟ ਹੈ ਜਿਹੜੀਆਂ ਸੈਂਡੀ ਸੋਇਲਸ ਹੁੰਦੀਆਂ ਨੇ ਜਾਂ ਫਿਰ ਜਿਹੜੇ ਉੱਬੜ ਖਾਬੜ ਜ਼ਮੀਨ ਹੁੰਦੀ ਟਿੱਬਿਆਂ ਵਾਲੀ ਜ਼ਮੀਨ ਹੁੰਦੀ ਆ ਠੀਕ ਹੈ ਜਾਂ ਰੇਤਲੀ ਜ਼ਮੀਨ ਉੱਥੇ ਇਹ ਜ਼ਿਆਦਾਤਰ ਬੈਨੀਫੀਸ਼ੀਅਲ ਰਹਿੰਦਾ ਬਟ ਇਹਦੀ ਇਨੀਸ਼ੀਅਲ ਕਾਸਟ ਕਾਫੀ ਹਾਈ ਰਹਿੰਦੀ ਆ ਠੀਕ ਹੈ ਇਹ ਪਾਈਪਸ ਦੇ ਥਰੂ ਜਿਹੜਾ ਆ ਇਹਨੂੰ ਪਾਣੀ ਨੂੰ ਪ੍ਰੋਵਾਈਡ ਕੀਤਾ ਜਾਂਦਾ ਔਰ ਪੰਪਿੰਗ ਜਿਹੜੀ ਆ ਪ੍ਰੋਪਰ ਪ ਜਾਂਦਾ ਹੈ ਔਰ ਜ਼ਿਆਦਾਤਰ ਇਹ ਜਿਹੜਾ ਸਿਸਟਮ ਆਪਾਂ ਯੂਜ਼ ਕਰਦੇ ਆ ਸਪ੍ਰਿੰਕਲਰ ਮੈਥਡ ਇਹ ਯੂਜ਼ ਕਰਦੇ ਆ ਆਪਾਂ ਕੈਸ਼ ਕ੍ਰੌਪਸ ਵਾਸਤੇ ਤੇ ਆਰਚਰਡਸ ਵਾਸਤੇ ਠੀਕ ਹੈ ਬਾਗਬਾਨੀਆਂ ਜਿਹਨੂੰ ਆਪਾਂ ਕਹਿ ਦਿੰਨੇ ਆ ਉਹਨਾਂ ਵਾਸਤੇ ਨੈਕਸਟ ਹੈਗਾ ਫਰੋ ਇਰੀਗੇਸ਼ਨ ਫਰੋ ਇਰੀਗੇਸ਼ਨ ਹੁੰਦਾ ਜਿਹਦੇ ਜਿੱਦਾਂ ਆਪਾਂ ਵਟਾਂ ਜਿੱਦਾਂ ਪਿਕਚਰਸ ਦੇਖ ਰਹੇ ਹੋ ਵਟਾ ਬਣਾ ਕੇ ਔਰ ਖਾਲਾ ਬਣਾ ਕੇ ਉਹਦੇ ਵਿੱਚ ਜਿਹੜਾ ਪਾਣੀ ਦੀ ਸਿੰਚਾਈ ਕੀਤੀ ਜਾਂਦੀ ਹੈ ਔਰ ਇਹ ਜ਼ਿਆਦਾਤਰ ਆਪਾਂ ਉਹਨਾਂ ਕੇਸਸ ਦੇ ਵਿੱਚ ਕਰਦੇ ਹਾਂ ਉਹਨਾਂ ਸਬਜ਼ੀਆਂ ਜਾਂ ਫਲਾਂ ਜਾਂ ਮਤਲਬ ਕੀ ਉਹਨੂੰ ਕਹਿੰਦੇ ਨੇ ਕ੍ਰੌਪਸ ਦੇ ਵਿੱਚ ਕਰਦੇ ਹਾਂ ਜਿਹਦੇ ਵਿੱਚ ਮਤਲਬ ਜਿਹੜਾ ਪਲਾਂਟਸ ਨੇ ਉਹਨਾਂ ਨੂੰ ਆਪਾਂ ਥੋੜਾ ਜਿਆਦਾ ਡਿਸਟੈਂਸ ਤੇ ਰੱਖਦੇ ਹਾਂ ਜਿਵੇਂ ਕਾਟਨ ਹੋ ਗਿਆ ਸਨਫਲਾਵਰ ਹੋ ਗਿਆ ਮੱਕੀ ਹੋਗੀ ਠੀਕ ਹੈ ਉਸ ਕੇਸਸ ਦੇ ਵਿੱਚ ਆਪਾਂ ਜਿਹੜੇ ਆ ਇਹ ਵੱਟਾਂ ਪਾ ਕੇ ਖਾਲਾਂ ਬਣਾ ਕੇ ਔਰ ਉਹਦੇ ਵਿੱਚ ਪਾਣੀ ਦੀ ਸਿੰਚਾਈ ਜਿਹੜੀ ਆ ਉਹ ਕਰਦੇ ਆ ਨੈਕਸਟ ਬੈਡ ਪlanting ਮੈਥਡ ਬੈਡ ਪlanting ਵੀ ਸੇਮ ਫਰੋ ਮੈਥਡ ਵਰਗਾ ਹੀ ਹੁੰਦਾ ਜਾਂ ਕਹਿ ਲਓ ਕਿ ਉਹ ਤੋਂ ਹੀ ਡਰਾਈਵਡ ਇੱਕ ਮੈਥਡ ਆ ਕਿਉਂਕਿ ਇਹਦੇ ਵਿੱਚ ਜਿਹੜੀ ਮਤਲਬ ਆਪਾਂ ਖਾਲਾਂ ਬਣਾਉਣੇ ਆ ਥੋੜੀਆਂ ਛੋਟੀਆਂ ਹੁੰਦੀਆਂ ਬਟ ਜਿਹੜੇ ਵਿਚਲੇ ਮਤਲਬ ਉਹ ਹੁੰਦੀਆਂ ਵੱਟਾਂ ਉਹ ਥੋੜੀਆਂ ਜੀਆਂ ਉੱਚੀਆਂ ਔਰ ਪਲੇਨ ਹੁੰਦੀਆਂ ਜਿਸ ਤਰ੍ਹਾਂ ਬੈੱਡ ਹੁੰਦਾ ਪਲੇਨ ਔਰ ਰੇਜਡ ਲੈਵਲ ਤੇ ਹੁੰਦੀਆਂ ਔਰ ਪਲੇਨ ਹੁੰਦੀਆਂ ਨੇ ਔਰ ਜੋ ਵੀ ਆਪਾਂ ਪਲਾਂਟੇਸ਼ਨ ਕਰਦੇ ਆ ਆਪਾਂ ਉਹਨਾਂ ਬੈਡਸ ਦੇ ਉੱਤੇ ਕਰਦੇ ਆ ਔਰ ਇਹਦੇ ਵਿੱਚ 18 ਤੋਂ 25% ਵਾਟਰ ਜਿਹੜਾ ਵਾ ਆਪਾਂ ਸੇਵ ਕਰਦੇ ਆ ਔਰ ਇਹ ਕਾਫੀ ਇਕਨੋਮਿਕਲ ਮੈਥਡ ਜਿਹੜਾ ਇਹ ਮੰਨਿਆ ਜਾਂਦਾ ਆ ਠੀਕ ਹੈ ਸੋ ਇਹਦੇ ਵਿੱਚ ਵੀ ਖਾਲਾਂ ਹੀ ਬਣਾਣੇ ਬਟ ਇਹਦੇ ਵਿੱਚ ਖਾਲਾਂ ਥੋੜੀਆਂ ਛੋਟੀਆਂ ਹੁੰਦੀਆਂ ਨੇ ਔਰ ਵਟਾਂ ਜਿਹੜੀਆਂ ਥੋੜੀਆਂ ਪਲੇਨ ਹੁੰਦੀਆਂ ਔਰ ਰੇਜਡ ਲੈਵਲ ਤੇ ਹੁੰਦੀਆਂ ਨੇ ਨੈਕਸਟ ਹੈਗਾ ਆਪਾਂ ਵਾਟਰ ਨੂੰ ਕਿੱਦਾਂ ਕਨਜ਼ਰਵ ਕਰ ਸਕਦੇ ਆ ਸੇਵ ਕਿੱਦਾਂ ਕਰ ਸਕਦੇ ਆ ਸਭ ਤੋਂ ਪਹਿਲਾਂ ਹੈਗਾ ਕਿ ਜੋ ਆਡੀਆਂ ਇੰਪ੍ਰੋਪਰ ਹੈਗੀ ਤੁਪਕਾ ਪ੍ਰਣਾਲੀ ਜਾਂ ਸਪ੍ਰਿੰਕਲਰ ਪ੍ਰਣਾਲੀ ਜਿਹੜੀ ਹੈ ਠੀਕ ਹੈ ਫੁਹਾਰਾ ਸਿੰਚਾਈ ਹੈ ਇਨਾਂ ਨੂੰ ਆਪਾਂ ਵਰਤਸਾ ਦੇ ਕਿਉਂਕਿ ਸਭ ਤੋਂ ਜ਼ਿਆਦਾ ਪਾਣੀ ਇਹਨਾਂ ਦੇ ਨਾਲ ਹੀ ਸੇਵ ਹੁੰਦਾ ਆ ਦੂਜਾ ਹੈਗਾ ਕ੍ਰੌਪ ਡਾਈਵਰਸੀਫਿਕੇਸ਼ਨ ਕ੍ਰੌਪ ਡਾਈਵਰਸੀਫਿਕੇਸ਼ਨ ਦਾ ਮਤਲਬ ਹੁੰਦਾ ਆ ਕਿ ਆਪਾਂ ਜਿਵੇਂ ਜਿਵੇਂ ਪੰਜਾਬ ਦੇ ਵਿੱਚ ਹੁਣ ਕੀ ਚੱਲ ਰਿਹਾ ਜਿਹੜੀ ਚੀਜ਼ ਦੇ ਉੱਤੇ ਐਮਐਸਪੀ ਮਿਲਦੀ ਉਹੀ ਚੀਜ਼ ਆਪਾਂ ਉਗਾ ਰਹੇ ਆ ਮਤਲਬ ਜੋ ਪ੍ਰੋਕਿਊਰਮੈਂਟ ਹੁੰਦੀ ਐਮਐਸਪੀ ਤੇ ਉਦਾਂ 23 ਫਸਲਾਂ ਦੇ ਉੱਤੇ ਮਿਲ ਰਹੀ ਆ ਬਟ ਪ੍ਰੋਕਿਊਰ ਕਿਉਂਕਿ ਕਣਕ ਚੋਂ ਨਹੀਂ ਹੁੰਦਾ ਆ ਸੋ ਇਸ ਕਰਕੇ ਆਪਾਂ ਉਹੀ ਉਗਾ ਰਹੇ ਆ ਸੋ ਕ੍ਰੌਪ ਡਾਈਵਰਸੀਫਿਕੇਸ਼ਨ ਹੁੰਦਾ ਜਦੋਂ ਆਪਾਂ ਇੱਕ ਤੋਂ ਜ਼ਿਆਦਾ ਫਸਲਾਂ ਉਗਾਣੇ ਆ ਠ ਕਿ ਉਹ ਕਹਿੰਦੇ ਕਣਕ ਵੀ ਉਗਾਲੀ ਜੇ ਆਪਾਂ ਝੋਨਾ ਝੋਨਾ ਵੀ ਗੋਲਿਆ ਆਇਲ ਸੀਡਸ ਵੀ ਉਗਾਲੀਆਂ ਠੀਕ ਹੈ ਦੈਨ ਕਿ ਉਹ ਕਹਿੰਦੇ ਆ ਦਾਲਾਂ ਵੀ ਉਗਾਲੀਆਂ ਸੋ ਅਗਰ ਆਪਾਂ ਇਨਾਂ ਸਾਰੀਆਂ ਚੀਜ਼ਾਂ ਨੂੰ ਬਾਰ-ਬਾਰ ਰੋਟੇਸ਼ਨ ਵਾਈਜ਼ ਉਗਾਨੇ ਆ ਕ੍ਰੌਪ ਡਿਵਰਸਿਫਾਈ ਕਰਦੇ ਆ ਤੇ ਉਹਦੇ ਨਾਲ ਮਤਲਬ ਕੀ ਹੁੰਦਾ ਕਿ ਪਾਣੀ ਦੀ ਜਿਹੜੀ ਬਚਤ ਹੈ ਬਹੁਤ ਜ਼ਿਆਦਾ ਹੁੰਦੀ ਆ ਦੈਨ ਉਸ ਤੋਂ ਬਾਅਦ ਹੁੰਦਾ ਮਾਡਰਨ ਐਗਰੀਕਲਚਰਲ ਮਸ਼ੀਨਰੀ ਕਿ ਮਾਡਰਨ ਐਗਰੀਕਲਚਰਲ ਮਸ਼ੀਨਰੀ ਯੂਜ਼ ਕੀਤੀ ਜਾਵੇ ਜਿਵੇਂ ਜ਼ੀਰੋ ਡਿਲ ਟ੍ਰਿਲ ਯੂਜ਼ ਕਰੀਏ ਆਪਾਂ ਕਣਕ ਦੇ ਵਿੱਚ ਠੀਕ ਹੈ ਤੇ ਉਹਦੇ ਨਾਲ ਜਿਹੜੀ ਪਹਿਲਾਂ ਪਾਣੀ ਲਗਾਉਣਾ ਪੈਂਦਾ ਹੈ ਕਣਕ ਨੂੰ ਉਹ ਬਚਦਾ ਆ then ਇਸ ਤੋਂ ਇਲਾਵਾ ਜਿੱਦਾਂ ਆਪਾਂ ਡਾਇਰੈਕਟ ਸੀਡਿੰਗ ਆਫ ਰਾਈਸ ਵਰਗੀ ਟੈਕਨੋਲੋਜੀਜ਼ ਨੂੰ ਅਡਾਪਟ ਕਰ ਲਈਏ ਤੇ ਉਹਦੇ ਵਿੱਚ ਵੀ ਮਤਲਬ ਆਪਾਂ ਇੱਕ ਇੱਕ ਇਹਦੇ ਤੇ ਮੈਂ ਵੀਡੀਓ ਵੀ ਬਣਾਈ ਸੀ ਡੀਐਸਆਰ ਦੇ ਉੱਤੇ ਕਿ ਕਿੱਦਾਂ ਕਰਦੇ ਆਂ ਡਾਇਰੈਕਟ ਸੀਡਿੰਗ ਆਫ ਰਾਈਸ ਮਤਲਬ ਝੋਨੇ ਦੀ ਸਿੱਧੀ ਬਚਾਈ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਪਾਣੀ ਜਿਹੜਾ ਸੇਵ ਹੁੰਦਾ ਆ ਠੀਕ ਹੈ ਇਸ ਤੋਂ ਇਲਾਵਾ ਝੋਨੇ ਦੇ ਵਿੱਚ ਕਿਸ ਤਰ੍ਹਾਂ ਪਾਣੀ ਨੂੰ ਸੇਵ ਕੀਤਾ ਜਾਏ ਕਿਉਂਕਿ ਝੋਨੇ ਦੇ ਵਿੱਚ ਤੁਹਾਨੂੰ ਪਤਾ ਬਹੁਤ ਜ਼ਿਆਦਾ ਪਾਣੀ ਲੱਗਦਾ ਹੈ ਠੀਕ ਹੈ ਇਸ ਲਈ ਕੀ ਕਰਦੇ ਆਪਾਂ ਇਸ ਲਈ ਆਪਾਂ ਟੈਂਸੀਓਮੀਟਰ ਜਿਹੜਾ ਯੂਜ਼ ਕਰਦੇ ਆ ਟੈਂਸੀਓਮੀਟਰ ਪਾਣੀ ਦਾ ਲੈਵਲ ਸਾਨੂੰ ਦੱਸਦਾ ਹੈ ਵੀ ਹੁਣ ਪਾਣੀ ਜਿਹੜੀ ਆ ਜ਼ਰੂਰਤ ਹੈਗੀ ਹੈ ਜ਼ਮੀਨ ਨੂੰ ਕਿ ਨਹੀਂ ਹੈਗੀ ਕਿਉਂਕਿ ਉਹਦੇ ਵਿੱਚ ਤੁਹਾਨੂੰ ਪਤਾ ਝੋਨੇ ਦੇ ਵਿੱਚ ਪਾਣੀ ਜਿਹੜਾ ਖੜਾ ਰਹਿਣਾ ਚਾਹੀਦਾ ਆ ਠੀਕ ਹੈ ਸੋ ਉਹਦੇ ਵਾਸਤੇ ਟੈਂਸੀਓਮੀਟਰ ਜ਼ਮੀਨ ਦੇ ਵਿੱਚ ਲਗਾ ਦਿੱਤਾ ਜਾਂਦਾ ਹੈ ਔਰ ਜਦੋਂ ਮਤਲਬ ਪਾਣੀ ਦਾ ਲੈਵਲ ਜਿਹੜਾ ਗ੍ਰੀਨ ਜਾਂ ਵੀ येलो ਕਲਰ ਤੇ ਆ ਜਾਂਦਾ ਹੈ ਦੈਟ ਮੀਨਸ ਕਿ ਸਾਨੂੰ ਹੁਣ ਪਾਣੀ ਲਗਾਉਣਾ ਚਾਹੀਦਾ ਆ ਸੋ ਟੈਂਸੀਓਮੀਟਰ ਜਿਹੜਾ ਹੈ ਹੈਲਪਫੁਲ ਹੁੰਦਾ ਹੈ ਵਾਟਰ ਨੂੰ ਕਨਜ਼ਰਵ ਕਰਨ ਲਈ ਸੇਵ ਕਰਨ ਲਈ ਨੈਕਸਟ ਹੈਗਾ ਮਲਚਿੰਗ ਮਲਚਿੰਗ ਹੁੰਦਾ ਦੇਖੋ ਜਿੱਦਾਂ ਆਪਾਂ ਪਾਣੀ ਲਗਾਉਂਦੇ ਆ ਫਸਲ ਨੂੰ ਤੇ ਸਾਨੂੰ ਹੁੰਦਾ ਹੈ ਕਿ ਪਾਣੀ ਜਿਹੜਾ ਕੁਝ ਦੇਰ ਤੱਕ ਰਵੇ ਮੋਇਸਚਰ ਰੀਟੇਨ ਰੱਖੇ ਠੀਕ ਹੈ ਮਿੱਟੀ ਸੋ ਉਹਦੇ ਲਈ ਕੀ ਹੁੰਦਾ ਹੈ ਕਿ ਸਾਨੂੰ ਹੁੰਦਾ ਹੈ ਕਿ ਜ਼ਿਆਦਾ ਕਿਉਂਕਿ ਜਿੰਨਾ ਜ਼ਿਆਦਾ ਇਵੇਪੋਰੇਟ ਛੇਤੀ ਹੋਊਗਾ ਉਨਾ ਜਲਦੀ ਸਾਨੂੰ ਇਰੀਗੇਟ ਕਰਨਾ ਪਏਗਾ ਜ਼ਮੀਨ ਨੂੰ ਹੈਨਾ ਸੋ ਇਸ ਕਰਕੇ ਇਵੇਪੋਰੇਸ਼ਨ ਨੂੰ ਪ੍ਰिवेंट ਕਰਨ ਲਈ ਅਸੀਂ ਕੀ ਕਰਦੇ ਹਾਂ ਜਿਵੇਂ ਮੱਕੀ ਹੋ ਗਿਆ ਜਾਂ ਕਮਾਦ ਵਰਗੀਆਂ ਫਸਲਾਂ ਹੁੰਦੀਆਂ ਇਹਨਾਂ ਦੇ ਵਿੱਚ ਆਪਾਂ ਪਰਾਲੀ ਦੀ ਤਹਿ ਵਿਛਾ ਦਿੰਨੇ ਆ ਜਦੋਂ ਆਪਾਂ ਪਰਾਲੀ ਦੀ ਤਹਿ ਵਿਛਾ ਦਿੰਨੇ ਆ ਤੇ ਸੋ ਉਹਦੇ ਨਾਲ ਕੀ ਹੁੰਦਾ ਹੈ ਕਿ ਜਿਹੜੀ ਇਵੇਪੋਰੇਸ਼ਨ ਪ੍ਰੋਸੈਸ ਆ ਉਹ ਇੰਨੀ ਜਲਦੀ ਨਹੀਂ ਹੁੰਦਾ ਠੀਕ ਹੈ ਸੋ ਉਹਦੇ ਕਰਕੇ ਜ਼ਿਆਦਾ ਲੰਬੇ ਸਮੇਂ ਤੱਕ ਜਿਹੜੀ ਜ਼ਮੀਨ ਹੈ ਉਹ ਮoiਸਚਰ ਨੂੰ ਰੀਟੇਨ ਕਰਕੇ ਰੱਖਦੀ ਹੈ ਸੋ ਇਹ ਇੱਕ ਇਹ ਤਰੀਕਾ ਹੁੰਦਾ ਹੈ ਤੇ ਦੂਸਰਾ ਤਰੀਕਾ ਮਤਲਬ ਆਰਟੀਫੀਸ਼ਲ ਵੀ ਕਹਿ ਲਓ ਕਿ ਇੱਕ ਸ਼ੀਟਸ ਪਲਾਸਟਿਕ ਸ਼ੀਟਸ ਮਿਲਦੀਆਂ ਨੇ ਜਿਵੇਂ ਤੁਸੀਂ ਪਿਕਚਰ ਦੇ ਵਿੱਚ ਦੇਖ ਸਕਦੇ ਹੋ ਪਲਾਸਟਿਕ ਸ਼ੀਟਸ ਜਿਹੜੀਆਂ ਆ ਉਹ ਆਪਾਂ ਜਿੱਥੇ ਜਿੱਥੇ ਫਸਲ ਉਗਾਈ ਹੁੰਦੀ ਹੈ ਉਹਦੇ ਉੱਤੇ ਉੱਤੇ ਉਹਨੂੰ ਕਵਰ ਕਰ ਦਿੰਨੇ ਇਸ ਤਰੀਕੇ ਦੇ ਨਾਲ ਕਿ ਸ਼ੀਟਸ ਪ੍ਰੋਪਰਲੀ ਉਹਨੂੰ ਕਵਰ ਨਾ ਕਰਨ ਬਟ ਇਵੈਪੋਰੇਸ਼ਨ ਨਾ ਮਤਲਬ ਕਵਰ ਇਨ ਦ ਸੈਂਡ ਟੱਚ ਨਾ ਕਰਨ ਬਟ ਇਵੈਪੋਰੇਸ਼ਨ ਨਾ ਹੋ ਸਕੇ ਠੀਕ ਹੈ ਤੁਸੀਂ ਦੇਖਿਆ ਹੋਊਗਾ ਕਦੀ ਨੋਟਿਸ ਕੀਤਾ ਹੋਊਗਾ ਰਸਤੇ 'ਚ ਜਾਂਦਿਆਂ ਮਤਲਬ ਐਦਾਂ ਦੀਆਂ ਸ਼ੀਟਸ ਜਿਹੜੀਆਂ ਲੰਬੀਆਂ ਲੰਬੀਆਂ ਵਿਸ਼ੀਆਂ ਹੁੰਦੀਆਂ ਨੇ ਜ਼ਮੀਨ ਦੇ ਵਿੱਚ ਉਹ ਮਲਚਿੰਗ ਹੀ ਹੁੰਦੀ ਹੈ ਕਿਉਂਕਿ ਉਹ ਵੈਪੋਰੇਸ਼ਨ ਨੂੰ ਪ੍ਰੀਵੈਂਟ ਕਰ ਰਹੀ ਹੁੰਦੀ ਹੈ ਕਿ ਵੈਪੋਰੇਸ਼ਨ ਨਾ ਹੋਏ ਕਿਉਂਕਿ ਜਿੰਨੀ ਜਲਦੀ ਵੈਪੋਰੇਸ਼ਨ ਹੋਏ ਜ਼ਿਆਦਾ ਉਹਦੀ ਬਰਬਾਦੀ ਹੋਏਗੀ ਪਾਣੀ ਦੀ ਠੀਕ ਹੈ ਥੈਨ ਨੈਕਸਟ ਹੈਗਾ ਰੇਨ ਵਾਟਰ ਹਾਰਵੈਸਟਿੰਗ ਰੇਨ ਵਾਟਰ ਹਾਰਵੈਸਟਿੰਗ ਦਾ ਮਤਲਬ ਕਿ ਜੋ بارش ਦਾ ਪਾਣੀ ਆਉਂਦਾ ਹੈ ਉਹਨੂੰ ਤੁਸੀਂ ਕਿਸ ਤਰ੍ਹਾਂ ਸੰਭਾਲ ਸਕਦੇ ਹੋ ਠੀਕ ਹੈ ਉਹਦੇ ਲਈ ਮਤਲਬ ਆਪਾਂ ਪਾਉਂਡਸ ਵੀ ਬਣਾ ਸਕਦੇ ਹਾਂ ਉਹਨਾਂ ਨੂੰ ਸਾਫ਼ ਕਰਕੇ ਉਹਦੇ ਵਿੱਚ ਵੀ ਜਿਹੜਾ ਇਹ ਕਰ ਸਕਦੇ ਹਾਂ ਐਂਡ ਮੋਰਓਵਰ ਇਸ ਤੋਂ ਇਲਾਵਾ ਸੀ ਹੋਰ ਕੀ ਕਰ ਸਕਦੇ ਹਾਂ ਕਿ ਜੋ ਤੁਹਾਡੇ ਕੋਲ ਇੱਕ ਪ੍ਰੋਪਰ ਪਹਿਲਾਂ ਤਰੀਕੇ ਹੁੰਦੇ ਸੀ ਖੂਹ ਪਏ ਹੁੰਦੇ ਆ ਖਾਲੀ ਉਹਨਾਂ ਨੂੰ ਯੂਟਿਲਾਈਜ਼ ਕਰ ਸਕਦੇ ਹਾਂ ਠੀਕ ਹੈ ਜਾਂ ਫਿਰ ਅੱਜਕੱਲ ਅਸੀਂ ਹੁਣ ਨਲਕਿਆਂ ਨੂੰ ਬਿਲਕੁਲ ਯੂਜ਼ ਨਹੀਂ ਕਰਦੇ ਹਨਾ ਨਲਕੇ ਵੀ ਆਪਾਂ ਯੂਜ਼ ਕਰ ਸਕਦੇ ਹਾਂ ਸੋ ਉਹਦੇ ਨਾਲ ਵੀ ਜਿਹੜਾ ਪਾਣੀ ਹੈ ਸੇਵ ਹੁੰਦਾ ਆ ਨਹਿਰਾਂ ਦਾ ਜਿਹੜੀਆਂ ਨਹਿਰਾਂ ਹੁੰਦੀਆਂ ਖਾਲਾਂ ਹੁੰਦੀਆਂ ਉਹਨਾਂ ਨੂੰ ਪੱਕਾ ਕਰਕੇ ਉੱਥੇ ਵੀ ਪਾਣੀ ਜਿਹੜਾ ਸੇਵ ਕਰ ਸਕਦੇ ਆ ਸੋ ਦੈਟ ਵਾਸ 올 fromParams ਇਰੀਗੇਸ਼ਨ ਸਿਸਟਮ ਇਨਹੀਂ ਤੁਹਾਨੂੰ ਜਿਹੜਾ ਕਰਨਾ ਆ ਥੈਂਕ ਯੂ ਵੈਰੀ ਮੱਚ